ਦਾ ਕੱਪੜਾ ਹੀ ਫਟ ਲੈਂਦਾ ਤਾਂ ਮਾਤਾ ਸਗਰ ਕੀ ਰਹਿੰਦਾ। ਮਾਂ ਨਠਾ ਤੂੰ ਬਾਰੀ ਬਾਰਾਤ ਮੈਂ ਸਤਿਗੁਰ ਕਹਿੰਦਾ ਭਾਈ ਮਲ ਜੀ ਕੱਪੜੇ ਦੀ ਚਿੰਤਾ ਤਾਂ ਨਾ ਕਰੋ, ਕੁਰਬਾਨ ਵਜੋੜੇ ਗੁਰੂ ਤੋਂ ਕੱਪੜਾ ਦੀ ਚਿੰਤਾ ਤਾਂ ਨਾ ਕਰੋ। ਸਿੱਖਣ ਗਿਆ ਆਵਾਜ਼ ਦੇ ਕਹਿੰਦਾ ਸਿੱਖੋ ਜੇਕੋ ਚੋਲੋ ਤਾਂਗੇ ਚਾਹੋ ਸੇ ਹਿਕੜੋ ਵਧੀਕ ਖਣੀ ਕਚੋ, ਉਹ ਚੋਲੋ ਮਾਂ ਖਿਜੋ ਉਹ ਭਾਈ ਮਲ ਜੇ ਲਾਏ। ਸਤਿਗੁਰ ਪਾਣ ਜਿਹੜੋ ਚੋਲੋ ਭਾਈ ਮਲ ਜੇ ਲਾਏ ਖੜੀ ਆਏ, ਉਨਖੇ ਪਾਰਾਇਓ ਆ ਹੱਥਾਂ ਸਾਂ ਤਿਆਰ ਕਰੇ ਮੇਰੀ ਬਾਰਾਤ ਮੈਂ ਗੜ ਬੈਠੀ ਹਾਂ। ਕੁਰਬਾਨ ਵਜੋੜੇ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਤੋਂ ਮੁੰਜੋ ਸਤਿਗੁਰ ਜੇਕੋ ਸਿੱਖਣ ਤੋਂ ਇਹਨਾਂ ਕੁਰਬਾਨ ਵਜੇ ਤੋਂ ਜੇਕੋ ਸਿੱਖਣ ਲਾਇ ਕਹਿੰਦੀ ਜਿੰਦ ਜਾਨ ਵਾਰੇ ਵਜੇ ਤੋਂ ਉਖੋ ਵਧੀਕ ਗੁਰੂ ਜੀ ਕਰਾਮਾਤ ਕਿਹੜੀ ਆ ਸਾਂ ਤਾਂ ਸੁਣਾਓ ਕਰਾਮਾਤ ਦਿਖਾਇਆ ਮੁੰਜੋ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਕ ਕੋਈ ਸਤਿਗੁਰ ਪਾਉਣ ਕੇ ਬਚਾਇਓ ਛੋ ਨਾ ਉਹ ਬਚਾਏ ਕਰੇ ਕਿਹੜੀ ਕਰਾਮਾਤ ਆ, ਬਚਾਏ ਕਰੇ ਕਿਹੜੀ ਕਰਾਮਾਤ ਆ। ਉਹ ਤੱਤੇ ਤਵੇ ਤੇ ਵਹੀ ਕਰੇ ਜੇਕੋ ਬੰਦੋ ਖਿਲੇ ਤੋਂ, ਤੱਤੇ ਤਵੇ ਤੇ ਵਹੀ ਕਰੇ ਜੇਕੋ ਤੇਰਾ ਕੀਆ ਮਿੱਠਾ ਲਾਗੇ ਜਾਂ ਗੀਤ ਗਾਏ ਤੋਂ, ਅਸਾਂ ਤਾਂਜੀ ਆਂਗੁਰ ਤੈ ਤੇ ਲਗੇ ਸੀ ਨਿਕਰੀ ਵੰਦੀ ਆ, ਜੇਕੇ ਤਉ ਨਥੋ ਤਪਾਏ ਸੀਗੇ ਮੁਨ ਕੋ ਵਧੀ ਕਰਾਮਾਤ ਗਈ ਆਹੇ ਕੋਈ ਕਰਾਮਾਤ ਗਈ ਕੋਈ ਨਹੀਂ। ਉਹ ਸਤਿਗੁਰ ਸਬਰ ਸਿਖਾਇਆ ਵਾ, ਸੰਤੋਖ ਸਿਖਾਇਆ ਵਾ, ਸਿੱਖ ਕੇ ਜੀਣ ਸਿਖਾਇਆ ਵਾ, ਭਾਣੋ ਮੰਨਣ ਸਿਖਾਇਆ ਵਾ, ਸਭ ਕੋਲ ਰੁਖਿਓ ਕੰਮ ਭਾਣੋ ਮੰਨਣ ਆ ਸਿੰਘ ਸਮੇਂ ਕੋਈ ਰਾਜ਼ੀ ਨਾ ਹੈ, ਕੋਈ ਮੇਰੀ ਜ਼ਿੰਦਗੀ ਮੋ ਖੁਸ਼ ਨਾ ਹੈ, ਜੇਕੀ ਸ਼ੈ ਮਿਲੇ ਦੀ ਉਂਡੇ ਨਜ਼ਰ ਨਾ ਹੈ। ਬਾਰ ਬਾਰ ਦਾਸੀ ਹਿਕੜੀ ਹਿਕੜੇ ਪਦ ਜੋ ਮਿਸਾਲ ਦਿੰਦੀ ਆ ਜਾਂਦੀ ਵੇਂਦੀ ਆ, ਦਸ ਬਸਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ, ਦਹ ਸ਼ੈ ਵਠੀ ਪੋਇਓ ਰੱਖਿਓ ਤਜ਼ੇ ਹਿਕੜੀ ਜੇ ਲਾਏ ਜੇਕੀ ਨੱਤੀ ਮਿਲੇ ਕੋ ਮੇਣਾ ਸ਼ੁਰੂ ਨਹੀਂ ਗੁਰੂ ਦੇ। ਇੱਕ ਬਸਤ ਕਾਰਨ ਵਿਖੋਟ ਗਵਾਵੇ ਆਣੇ ਤੁਖੇ ਏਕ ਵੀ ਨਾ ਦੇ ਦਸ ਦੀ ਹਿਰਲੇ ਤੁਖੇ ਹਿਕੜੀ ਵੀ ਨਾ ਦੇ, ਦਹ ਵੀ ਕੋ ਖਸੇ ਵਠੇ ਤੋ ਮੁੜਾ ਕਹੋ ਕਹਾ ਕਰੇ ਚਰਿਆ ਪੁਛਾ ਕਲੇ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੇ ਸਤ ਨਮਸਕਾਰਾ। ਜੈ ਗੁਰੂ ਕੋ ਬਿਨਾ ਚਾਰੋ ਨਾ ਹੈ ਨਾ ਉਨਕੇ ਨਮਸਕਾਰ ਕਰੀ ਰਹਿਣਾ, ਉਨਜੋ ਨੌਕਰ ਬਣਜੀ ਰਹਿਣਾ।